ਅਸਲਾਮ ਅਲੈਕਮ ਜੀ। ਅਗਰ ਤੁਸੀਂ ਲੈਕਸਸ ਗੱਡੀ ਚਲਾ ਰਹੇ ਹੋ ਜਾਂ ਰੱਖੀ ਹੈ ਤਾਂ ਉਹਦੇ ਵਿੱਚ TPWS ਜਾਂ TPWS ਦੇ ਨਾਂ 'ਤੇ ਇੱਕ ਸਾਈਨ ਵਾਰਨਿੰਗ ਸਾਈਨ ਤੁਹਾਨੂੰ ਸਾਹਮਣੇ ਆ ਜਾਏਗਾ। ਔਰ ਇਸ ਦਾ ਵਾਰਨਿੰਗ ਸਾਈਨ ਦਾ ਮਤਲਬ ਇਹ ਹੁੰਦਾ ਹੈ ਕਿ ਤੁਹਾਡੇ ਟਾਇਰ ਪ੍ਰੈਸ਼ਰ ਜਿਹੜਾ ਉਹ ਲੋਅ ਹੋਇਆ ਜਾਂ ਹਾਈ ਹੋ ਗਿਆ, ਉਹਦੀ ਵਜ੍ਹਾ ਤੋਂ ਵਾਰਨਿੰਗ ਸਾਈਨ ਆ ਗਿਆ। ਔਰ ਇਸ ਨੂੰ ਰਿਮੂਵ ਕਿਵੇਂ ਤੁਸੀਂ ਕਰ ਸਕਦੇ ਹੋ? ਇਹ ਸਾਹਮਣੇ ਸਟੇਅਰਿੰਗ ਵੀਲ 'ਤੇ ਤੁਹਾਡੇ ਕੋਲ ਸੈਟਿੰਗ ਹੈ ਔਰ ਤੁਸੀਂ ਇਹਨੂੰ ਲੈਫਟ ਰਾਈਟ ਕਰੋਗੇ ਅਤੇ ਉਹ ਅੰਦਰ ਤੁਸੀਂ ਸਕਰੀਨ 'ਤੇ ਵੇਖ ਰਹੇ ਹੋ ਕਿ ਚੇਂਜ ਹੋ ਰਿਹਾ ਵਾ। ਚੇਂਜ ਹੋਏਗਾ, ਡਾਊਨ ਹੁੰਦੇ ਜਾਓ, ਡਾਊਨ 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 ਅਤੇ ਵਹੀਕਲ ਸੈਟਿੰਗ ਆ ਗਈ। ਵਹੀਕਲ ਸੈਟਿੰਗ ਨੂੰ ਓਪਨ ਕੀਤਾ, ਫਿਰ ਡਾਊਨ ਜਾ ਰਿਹਾ, ਫਿਰ ਡਾਊਨ ਜਾ ਰਹੇ ਹੋ, ਫਿਰ ਡਾਊਨ, ਫਿਰ ਡਾਊਨ, ਫਿਰ ਡਾਊਨ। ਇਹ ਆ ਗਿਆ TPWS, TPWS ਨੂੰ ਸੈੱਟ ਕਰ ਦਿੱਤਾ। ਔਰ ਅਗਰ ਤੁਸੀਂ ਇਹਨੂੰ ਪ੍ਰੈਸ ਸੈੱਟ ਪ੍ਰੈਸ਼ਰ ਤੁਸੀਂ ਇੱਥੇ ਕਲਿੱਕ ਕਰ ਸਕਦੇ ਹੋ ਔਰ ਅਗਰ ਤੁਸੀਂ ਲਗਾਤਾਰ ਹੋਲਡ ਕੀਤੀ